ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਠਾਕੁਰ ਤੁਮ ਸਰਣਾਈ ਆਇਆ, ਉਤਰ ਗਇਓ ਮੇਰੇ ਮਨ ਕਾ ਸੰਸਾ। ਜਬ ਤੇ ਦਰਸ਼ਨ ਪਾਇਆ, ਅਨਬੋਲਤ ਮੇਰੀ ਬਿਰਥਾ ਜਾਨੀ। ਆਪਣਾ ਨਾਮ ਜਪਾਇਆ, ਦੁਖ ਨਾਠੇ ਸੁਖ ਸਹਿਜ ਸਮਾਏ। ਆਨੰਦ ਆਨੰਦ ਗੁਣ ਗਾਇਆ, ਬਾਹਾਂ ਪਕਰ ਕੱਢ ਲੀਨੇ ਆਪਣੇ। ਗ੍ਰਹਿ ਅੰਧਕੂਪ ਤੇ ਮਾਇਆ, ਕਹੋ ਨਾਨਕ ਗੁਰਬੰਧਨ ਕਾਟੇ। ਬਿਛਰਤ ਆਨ ਮਿਲਾਇਆ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਏ ਚੌਥੇ ਵਿੱਚ, ਅੱਜ ਆਪਾਂ ਗੁਰੂ ਹਰਗੋਬਿੰਦ ਜੀ ਮਹਾਰਾਜ ਵੱਲੋਂ ਬਾਜ ਫੜਨ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਸਾਧ ਸੰਗਤ ਜੀ, ਜਿਵੇਂ ਆਪਾਂ ਪਿਛਲੇ ਅੰਗ ਵਿੱਚ ਸੁਣਿਆ ਸੀ ਕਿ ਸ਼ਾਹਜਹਾਂ ਜੰਗਲ ਵਿੱਚ ਬਹੁਤ ਸ਼ਿਕਾਰ ਖੇਡ ਰਿਹਾ ਸੀ, ਉਧਰੋਂ ਗੁਰੂ ਸਾਹਿਬ ਵੀ ਜੰਗਲ ਵਿੱਚ ਸ਼ਿਕਾਰ ਖੇਡਣ ਵਾਸਤੇ ਚਲੇ ਗਏ। ਸ਼ਾਹਜਹਾਂ ਬਹੁਤ ਜਾਨਵਰਾਂ ਨੂੰ ਮਾਰ ਕੇ ਫਿਰ ਲਾਹੌਰ ਵਾਲੇ ਪਾਸੇ ਚਲਾ ਗਿਆ। ਵਲੈਤ ਵਿੱਚੋਂ ਬਾਦਸ਼ਾਹ ਨੂੰ ਕਿਸੇ ਨੇ ਚੰਗਾ ਬਾਜ ਵੇਖ ਕੇ ਸੌਗਾਤ ਹਿੱਤ ਭੇਜਿਆ ਸੀ। ਬਾਜ ਨੂੰ ਚੰਗਾ ਸਮਝ ਕੇ ਉਸਦੇ ਜਾਨਵਰਾਂ ਨੂੰ ਫੜਨ ਦੇ ਤਮਾਸ਼ਿਆਂ ਨੂੰ ਵੇਖਣ ਵਾਸਤੇ ਬਾਦਸ਼ਾਹ ਨੇ ਚੜ੍ਹਾਈ ਕੀਤੀ ਅਤੇ ਇਸ ਪਾਸੇ ਆ ਗਿਆ। ਜਦ ਬਾਦਸ਼ਾਹ ਵਾਪਸ ਚੱਲਿਆ ਤਾਂ ਸੁਰਖਾਬ ਨਾਮੀ ਪੰਛੀ ਬਾਦਸ਼ਾਹ ਦੇ ਪਾਸ ਹੋ ਰਹੇ ਅਜੀਬ ਰੌਲੇ ਗੌਲੇ ਨੂੰ ਵੇਖ ਕੇ ਉੱਡ ਪਿਆ। ਬਾਦਸ਼ਾਹ ਨੇ ਉਸੇ ਵੇਲੇ ਉਸ ਪੰਛੀ ਦੇ ਪਿੱਛੇ ਬਾਜ ਨੂੰ ਛੱਡ ਦਿੱਤਾ। ਬਾਜ ਇੱਕ ਤੀਰ ਵਾਂਗ ਉਸ ਪੰਛੀ ਦੇ ਪਿੱਛੇ ਆਇਆ, ਪਰ ਬਾਜ਼ ਉਸ ਸਮੇਂ ਮਾਸ ਖਾ ਕੇ ਪੂਰਨ ਤੌਰ 'ਤੇ ਤ੍ਰਿਪਤ ਸੀ, ਇਸ ਲਈ ਉਸਨੇ ਸੁਰਖਾਬ ਨੂੰ ਨਾ ਮਾਰਿਆ। ਬਾਜ਼ ਅਤੇ ਮੂਰਖ ਮਨੁੱਖ ਵਿੱਚ ਇਹ ਖੋਟ ਹੈ ਕਿ ਰੱਜੇ ਹੋਏ ਇਹ ਕਿਸੇ ਕੰਮ ਨਹੀਂ ਆਉਂਦੇ, ਇਹ ਆਪਣੇ ਮਾਲਕ ਨੂੰ ਦਗਾ ਦੇ ਜਾਂਦੇ ਹਨ ਅਤੇ ਮਾਲਕ ਦਾ ਕਹਿਣਾ ਨਹੀਂ ਮੰਨਦੇ ਹਨ। ਬਾਦਸ਼ਾਹ ਬਾਜ਼ ਵੱਲ ਬਹੁਤ ਦੇਰ ਤੱਕ ਵੇਖਦਾ ਰਿਹਾ। ਬਾਜ਼ ਨੂੰ ਉਸ ਪੰਛੀ ਪਿੱਛੇ ਜਾਂਦੇ ਨੂੰ ਵੇਖਿਆ, ਬਾਜ਼ ਨੇ ਨਾ ਹੀ ਪੰਛੀ ਨੂੰ ਮਾਰਿਆ ਅਤੇ ਨਾ ਹੀ ਵਾਪਸ ਆ ਕੇ ਬਾਦਸ਼ਾਹ ਦੇ ਹੱਥ 'ਤੇ ਬੈਠਾ। ਉਹ ਉੱਡ ਕੇ ਆਕਾਸ਼ ਵਿੱਚ ਚਲਾ ਗਿਆ। ਥੱਕਿਆ ਹੋਇਆ ਬਾਦਸ਼ਾਹ ਉੱਥੋਂ ਚੱਲ ਪਿਆ ਅਤੇ ਲਾਹੌਰ ਵਾਲੇ ਪਾਸੇ ਨੂੰ ਚੱਲ ਪਿਆ। ਕੁਝ ਸੂਰਮਿਆਂ ਨੂੰ ਉਸਨੇ ਮੋੜ ਦਿੱਤਾ ਅਤੇ ਸ਼ਾਹੀ ਸ਼ਿਕਾਰੀਆਂ ਨੂੰ ਕਿਹਾ, ਜਾਓ ਬਾਜ਼ ਨੂੰ ਲੱਭ ਕੇ ਲਿਆਓ। ਬਾਦਸ਼ਾਹ ਸੁੱਖ ਦੀ ਅਸਵਾਰੀ ਪਾਲਕੀ ਵਿੱਚ ਬੈਠ ਕੇ ਚਲਾ ਗਿਆ ਅਤੇ ਤੁਰੰਤ ਲਾਹੌਰ ਪਹੁੰਚ ਗਿਆ। ਸ਼ਾਹੀ ਸ਼ਿਕਾਰੀ ਅਸਵਾਰਾਂ ਸਮੇਤ ਪਿੱਛੇ ਆ ਕੇ ਬਾਜ਼ ਨੂੰ ਵੇਖਣ ਲੱਗੇ। ਡਰਦਾ ਹੋਇਆ ਸੁਰਖਾਬ ਬਾਜ ਦੇ ਅੱਗੇ ਅੱਗੇ ਉੱਡਦਾ ਜਾਂਦਾ ਸੀ। ਉਸ ਤਰ੍ਹਾਂ ਹੀ ਸਾਰੇ ਸ਼ਿਕਾਰੀ ਮਗਰ ਮਗਰ ਭੱਜੇ ਜਾ ਰਹੇ ਸਨ। ਸੁਰਖਾਬ ਪੰਛੀ ਅਤੇ ਬਾਜ਼ ਉੱਡਦੇ ਉੱਡਦੇ ਉੱਥੇ ਆ ਗਏ ਜਿੱਥੇ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਉਤਾਰਾ ਕੀਤਾ ਹੋਇਆ ਸੀ। ਜਦ ਸਿੱਖਾਂ ਨੇ ਸੁਰਖਾਬ ਦੇ ਨਾਲ ਬਾਜ਼ ਨੂੰ ਵੇਖਿਆ ਤਾਂ ਉਹਨਾਂ ਨੇ ਗੁਰੂ ਜੀ ਨੂੰ ਦੱਸਿਆ। ਜਦ ਗੁਰੂ ਜੀ ਨੇ ਆਪਣੇ ਸੂਰਮਿਆਂ ਪਾਸੋਂ ਸੁਣਿਆ ਤਾਂ ਉਹਨਾਂ ਨੇ ਉਸੇ ਵੇਲੇ ਆਪਣੇ ਬਾਜ਼ ਨੂੰ ਹੱਥ 'ਤੇ ਲੈ ਲਿਆ ਅਤੇ ਉਸ ਸੁਰਖਾਬ 'ਤੇ ਬਾਜ਼ ਦੇ ਅੱਗੇ ਛੱਡ ਦਿੱਤਾ। ਗੁਰੂ ਜੀ ਦੇ ਬਾਜ਼ ਨੇ ਤੁਰੰਤ ਸੁਰਖਾਬ ਨੂੰ ਫੜ ਕੇ ਦਬਾ ਲਿਆ ਅਤੇ ਦੋਵੇਂ ਬਾਜ਼ ਧਰਤੀ 'ਤੇ ਉੱਤਰ ਆਏ। ਆਗਿਆ ਪਾ ਕੇ ਸਿੱਖ ਦੌੜੇ ਗਏ ਅਤੇ ਦੋਹਾਂ ਬਾਜ਼ਾਂ ਨੂੰ ਫੜ ਲਿਆ। ਦੋਵਾਂ ਬਾਜ਼ਾਂ ਨੂੰ ਲੈ ਕੇ ਉਹ ਗੁਰੂ ਜੀ ਦੇ ਪਾਸ ਆ ਗਏ। ਬੜੇ ਸ਼ਕਤੀਸ਼ਾਲੀ ਅਤੇ ਸ੍ਰੇਸ਼ਟ ਬਹਾਦਰ ਬਾਜ਼ ਨੂੰ ਵੇਖ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਅਤੇ ਉਸ ਸਮੇਂ ਕਿਹਾ, ਹੇ ਸਿੱਖੋ ਸ਼ਾਬਾਸ਼, ਮੈਂ ਨਿਹਾਲ ਹੋ ਗਿਆ ਹਾਂ। ਬਾਜ਼ ਨੂੰ ਲੈ ਕੇ ਆਪਣੇ ਹੱਥ ਉੱਤੇ ਬਿਠਾ ਲਿਆ। ਵਧੀਆ ਬਾਜ਼ ਵੇਖ ਕੇ ਚਿੱਤ ਵਿੱਚ ਬਹੁਤ ਪ੍ਰਸੰਨ ਹੋਏ ਅਤੇ ਕਿਹਾ, ਕਿਸੇ ਦੂਸਰੇ ਮੁਲਕ ਵਿੱਚ ਪੈਦਾ ਹੋਇਆ ਹੈ, ਬਾਦਸ਼ਾਹ ਤੋਂ ਬਗੈਰ ਐਸਾ ਬਾਜ਼ ਹੋਰ ਕਿਸੇ ਪਾਸ ਨਹੀਂ ਹੋ ਸਕਦਾ। ਇਸ ਬਾਜ਼ ਨੂੰ ਹੁਣ ਅਸੀਂ ਰੱਖਾਂਗੇ ਅਤੇ ਬਾਦਸ਼ਾਹ ਨੂੰ ਨਹੀਂ ਦਿਆਂਗੇ। ਉਸਦੇ ਪਾਸ ਹੋਰ ਬਹੁਤ ਬਾਜ਼ ਹਨ, ਸਾਡਾ ਬਾਜ਼ ਪਹਿਲਾਂ ਹੀ ਉਸਨੇ ਲਿਆ ਹੈ,
ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸਾਨੂੰ ਫਿਰ ਦਿੱਤਾ ਹੈ। ਇਸ ਕਰਕੇ ਉਸਦੇ ਸਿਰ ਬਦਲਾ ਲੈਣਾ ਰਹਿੰਦਾ ਸੀ, ਹੁਣ ਬਾਸ ਫੜ ਕੇ ਅਸੀਂ ਬਦਲਾ ਲੈ ਲਿਆ ਹੈ। ਇਸ ਤਰ੍ਹਾਂ ਦ੍ਰਿੜਤਾ ਕਰਕੇ ਸਤਿਗੁਰੂ ਜੀ ਬੈਠ ਗਏ। ਬਾਰ ਬਾਰ ਬਾਸ ਨੂੰ ਵੇਖਦੇ ਸਨ, ਬਾਰ ਬਾਰ ਉਸਦੀ ਬਹੁਤ ਸ਼ਲਾਘਾ ਕਰਦੇ ਸਨ, ਮਾਨੋ ਗੁਰੂ ਜੀ ਪਹਿਲਾਂ ਹੀ ਚਾਹ ਕਰਕੇ ਉਸ ਬਾਸ ਨੂੰ ਉਡੀਕ ਰਹੇ ਸਨ। ਸ਼ਾਹੀ ਸ਼ਿਕਾਰੀ ਅਸਵਾਰਾਂ ਸਮੇਤ ਘੋੜੇ ਭਜਾਈ ਬਾਜ ਦੇ ਪਿੱਛੇ ਲੱਗੇ ਆ ਰਹੇ ਸਨ। ਗੁਰੂ ਜੀ ਦੇ ਪਾਸ ਆ ਕੇ ਉਹਨਾਂ ਨੇ ਫੌਜ ਵੇਖੀ ਅਤੇ ਪੁੱਛਿਆ, ਅੱਗੇ ਕਿਸਨੇ ਉਤਾਰਾ ਕੀਤਾ ਹੈ? ਯੋਧਿਆਂ ਨੇ ਕਿਹਾ, ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਉਤਾਰਾ ਕੀਤਾ ਹੈ। ਸੁਣ ਕੇ ਸੜ ਗਏ, ਜ਼ਰਿਆ ਨਹੀਂ ਸੀ ਜਾਂਦਾ। ਸੋਚਣ ਲੱਗੇ, ਹੋਰ ਕੌਣ ਆਪਣੇ ਆਪ ਨੂੰ ਪਾਤਸ਼ਾਹ ਕਹਾਉਂਦਾ ਹੈ? ਫਿਰ ਮੂਰਖ ਤੁਰਖ ਚੱਲ ਕੇ ਆਏ, ਗੁਰੂ ਜੀ ਦੇ ਵੱਡੇ ਡੀਲ ਡੋਲ ਵਾਲੇ ਸਰੀਰ ਨੂੰ ਵੇਖਿਆ। ਉਹਨਾਂ ਨੇ ਬਾਦਸ਼ਾਹ ਦੇ ਬਾਜ਼ ਨੂੰ ਹੱਥ 'ਤੇ ਬਿਠਾਇਆ ਹੋਇਆ ਸੀ। ਤੁਰਕਾਂ ਨੇ ਬਾਜ਼ ਨੂੰ ਵੇਖ ਕੇ ਕਿਹਾ, ਇਹ ਤਾਂ ਸਾਡਾ ਬਾਜ਼ ਆਇਆ ਹੈ, ਤੁਸੀਂ ਇਸ ਨੂੰ ਫੜ ਕੇ ਹੱਥ 'ਤੇ ਧਾਰਨ ਕੀਤਾ ਹੋਇਆ ਹੈ। ਸ਼ਾਹੀ ਸ਼ਿਕਾਰੀ ਪਾਸੋਂ ਸੁਣ ਕੇ ਗੁਰੂ ਜੀ ਨੇ ਕਿਹਾ, ਤੁਸੀਂ ਕੌਣ ਹੋ, ਕਿਸ ਦਾ ਬਾਜ਼ ਹੈ? ਅਸੀਂ ਤਾਂ ਕਿਸੇ ਪਾਸੋਂ ਲੈਣ ਨਹੀਂ ਗਏ ਹਾਂ, ਇੱਥੇ ਬੈਠਿਆਂ ਉੱਡਦੇ ਨੂੰ ਫੜ ਲਿਆ ਹੈ, ਤੁਹਾਡੇ ਹੱਥ ਤੋਂ ਨਹੀਂ ਚੁਰਾਇਆ ਹੈ, ਤੁਹਾਡੇ ਵਿੱਚੋਂ ਬਾਜ਼ ਦੇ ਨਾਲ ਵੀ ਅਸੀਂ ਕਿਸੇ ਨੂੰ ਨਹੀਂ ਵੇਖਿਆ ਹੈ, ਕਿੱਥੋਂ ਫਿਰਦੇ ਫਿਰਦੇ ਇੱਥੇ ਆਇਆ ਹੈ, ਅਸੀਂ ਬੜੇ ਹੀ ਯਤਨ ਕਰਕੇ ਫੜਾਇਆ ਹੈ। ਸ਼ਾਹੀ ਸ਼ਿਕਾਰੀ ਦੇ ਦਿਲ ਵਿੱਚ ਬੜਾ ਹੰਕਾਰ ਸੀ। ਗੁਰੂ ਜੀ ਪਾਸੋਂ ਇਹ ਸੁਣ ਕੇ ਬੜੇ ਗੁੱਸੇ ਵਿੱਚ ਆ ਕੇ ਬੋਲਿਆ, ਸ਼ਾਹਜਹਾਂ ਸਾਰੇ ਜਹਾਂ ਦਾ ਬਾਦਸ਼ਾਹ ਹੈ, ਜਿਸ ਦਾ ਜਗਤ ਵਿੱਚ ਮਹਾਨ ਤੇਜ ਹੈ, ਜਿਸ ਦੇ ਅੱਗੇ ਸਾਰੇ ਦੇਸ਼ ਦੇ ਰਾਜੇ ਝੁਕਦੇ ਹਨ ਅਤੇ ਸਦਾ ਬਹੁਤ ਡਰਦੇ ਹਨ, ਕਿਸੇ ਨੂੰ ਵੀ ਆਕੀ ਨਹੀਂ ਰਹਿਣ ਦਿੱਤਾ, ਆਪਣੇ ਜ਼ੋਰ ਨਾਲ ਸਭ ਨੂੰ ਅਧੀਨ ਕਰ ਲਿਆ ਹੈ। ਉਸ ਨੂੰ ਤੁਸੀਂ ਜਾਣਦੇ ਹੋ ਕਿ ਨਹੀਂ? ਅਸੀਂ ਉਸਦੇ ਨੌਕਰ ਹਾਂ ਅਤੇ ਉਸਦੇ ਪਾਸ ਰਹਿੰਦੇ ਹਾਂ। ਇਹ ਬਾਜ਼ ਸ਼ਿਕਾਰ ਖੇਡਦਿਆਂ ਇੱਧਰ ਆਇਆ ਹੈ, ਪੰਛੀ ਉੱਤੇ ਰੱਜੇ ਹੋਏ ਬਾਜ਼ ਨੂੰ ਛੱਡਿਆ ਗਿਆ ਸੀ, ਇਸ ਪੰਛੀ ਨੂੰ ਨਹੀਂ ਮਾਰਿਆ ਅਤੇ ਇੱਧਰ ਚੱਲ ਕੇ ਆ ਗਿਆ ਹੈ। ਬਾਦਸ਼ਾਹ ਨੂੰ ਉਸ ਸਮੇਂ ਦਿਖਾਈ ਨਹੀਂ ਦਿੱਤਾ, ਬਾਦਸ਼ਾਹ ਲਾਹੌਰ ਨੂੰ ਚਲਾ ਗਿਆ ਹੈ, ਅਸੀਂ ਪਿੱਛੇ ਦੌੜ ਕੇ ਇਸ ਨੂੰ ਵੇਖਦੇ ਆਏ ਹਾਂ। ਤੁਸੀਂ ਇਸ ਨੂੰ ਪਹਿਲਾਂ ਹੀ ਫੜ ਲਿਆ ਹੈ ਅਤੇ ਫੜ ਕੇ ਆਪਣੇ ਹੱਥ 'ਤੇ ਬਿਠਾ ਲਿਆ ਹੈ, ਤੁਰੰਤ ਇਸ ਨੂੰ ਦੇ ਦਿਓ, ਨਹੀਂ ਤਾਂ ਇਸ ਦਾ ਵਿਗਾੜ ਕਰਾਂਗੇ। ਇਹ ਸੁਣ ਕੇ ਬਾਦਸ਼ਾਹ ਬਹੁਤ ਗੁੱਸਾ ਧਾਰਨ ਕਰੇਗਾ। ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਕੇ ਗੁਰੂ ਜੀ ਨੇ ਕਿਹਾ, ਬਾਦਸ਼ਾਹ ਨੂੰ ਅਸੀਂ ਜਾਣਦੇ ਹਾਂ, ਤੂੰ ਉਸ ਦਾ ਨੌਕਰ ਹੋ ਕੇ ਆਪਣੇ ਆਪ ਨੂੰ ਮਾਲਕ ਜਾਣਦਾ ਹੈ, ਸਾਨੂੰ ਤਾਂ ਇਹ ਬਾਜ਼ ਜੰਗਲ ਵਿੱਚੋਂ ਲੱਭਾ ਹੈ, ਇਸ ਉੱਤੇ ਹੁਣ ਤੁਹਾਡਾ ਕੋਈ ਹੱਕ ਨਹੀਂ ਬਣਦਾ। ਬਾਦਸ਼ਾਹ ਤੋਂ ਡਰਦੇ ਅਸੀਂ ਇਸ ਨੂੰ ਦੇਣ ਨਹੀਂ ਲੱਗੇ, ਬੜੇ ਯਤਨਾਂ ਨਾਲ ਫੜਿਆ ਹੈ, ਹੁਣ ਆਪਣੇ ਪਾਸ ਹੀ ਰੱਖਾਂਗੇ। ਬਾਦਸ਼ਾਹ ਦੇ ਅੱਗੇ ਜਾ ਕੇ ਪੁਕਾਰ ਕਰੋ, ਜਿਸ ਦੇ ਜ਼ੋਰ 'ਤੇ ਤੂੰ ਇੰਨਾ ਬਕਵਾਸ ਕਰਦਾ ਹੈ। ਇਹ ਸੁਣ ਕੇ ਤੁਰੰਤ ਬੜੇ ਗੁੱਸੇ ਵਿੱਚ ਆ ਕੇ ਬੋਲਿਆ, ਤੁਸੀਂ ਬਾਦਸ਼ਾਹ ਪਾਸੋਂ ਡਰਦੇ ਨਹੀਂ, ਪਰ ਇਹ ਨਹੀਂ ਜਾਣਦੇ ਤੁਸੀਂ ਉਸਦੇ ਬਹੁਤ ਨੇੜੇ ਰਹਿ ਰਹੇ ਹੋ, ਕਿਉਂ ਸੱਚ ਜਾਣ ਕੇ ਵੀ ਤਮਾਸ਼ਾ ਕਰਨਾ ਚਾਹੁੰਦੇ ਹੋ? ਤੁਸੀਂ ਇੱਦਾਂ ਬੋਲ ਰਹੇ ਹੋ ਜਿਵੇਂ ਕੋਈ ਬੇਸਮਝੀ ਨਾਲ ਬੋਲਦਾ ਹੈ। ਇਸ ਤਰ੍ਹਾਂ ਆਪ ਜੀ ਦਾ ਸੁਭਾਅ ਲੱਗਦਾ ਹੈ, ਜਿਸ ਦੇ ਪਾਸ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਹੈ, ਉਹ ਦਿਲ ਵਿੱਚ ਡਰ ਕੇ ਹੱਥ ਜੋੜਦਾ ਹੈ। ਕਹਿੰਦੇ ਹੋ ਸ਼ਾਹ ਨੂੰ ਬਾਜ਼ ਨਹੀਂ ਦੇਵਾਂਗੇ, ਪਰ ਕਿਵੇਂ ਬਚੋਗੇ, ਕਿੱਥੇ ਭੱਜ ਕੇ ਜਾਓਗੇ? ਜਦ ਸੈਨਾ ਜ਼ੋਰ ਨਾਲ ਚੜ੍ਹ ਕੇ ਆ ਜਾਵੇਗੀ ਤਦ ਤੁਹਾਡੇ ਪਾਸੇ ਤੋਂ ਕੌਣ ਲੜੇਗਾ? ਬਾਜ਼ ਦੇ ਨਾਲ ਹੀ ਤੁਹਾਨੂੰ ਫੜ ਕੇ ਲੈ ਜਾਵਾਂਗੇ, ਤੁਸੀਂ ਮਨ ਵਿੱਚ ਇਹ ਕੁਝ ਜਾਣਦੇ ਕਿਉਂ ਨਹੀਂ ਡਰਦੇ ਹੋ? ਗੁਰੂ ਜੀ ਨੇ ਉਸਦੀ ਗੱਲ ਸੁਣ ਕੇ ਬਚਨ ਕੀਤਾ, ਮੂਰਖ ਕਾਇਰ, ਇਹ ਕੀ ਤੂੰ ਝਗੜਾ ਪਾਇਆ ਹੈ? ਚੰਗਾ ਇਸੇ ਵਿੱਚ ਹੈ ਕਿ ਹਥਿਆਰ ਲੈ ਕੇ ਚਲਾ ਜਾ, ਤੂੰ ਮਾਰ ਕਿਉਂ ਖਾਣੀ ਚਾਹੁੰਦਾ ਹੈ? ਬਾਦਸ਼ਾਹ ਦਾ ਬਾਜ਼ ਲੈਣ ਦਾ ਸਾਡਾ ਹੱਕ ਹੈ, ਤੂੰ ਉਸਦੇ ਅੱਗੇ ਜਾ ਕੇ ਪੁਕਾਰ ਕਰ, ਬਾਦਸ਼ਾਹ ਜਿਵੇਂ ਕਹੇ ਉਸ ਤਰ੍ਹਾਂ ਹੀ ਕਾਰਵਾਈ ਕਰੋ, ਪਰ ਇੱਥੇ ਕਿਸੇ ਪ੍ਰਕਾਰ ਫਜ਼ੂਲ ਤਕਰਾਰ ਨਾ ਕਰੋ। ਜੇ ਆਪਣੀ ਇੱਜ਼ਤ ਚਾਹੁੰਦੇ ਹੋ ਤਾਂ ਇਹ ਥਾਂ ਛੱਡ ਕੇ ਚਲੇ ਜਾਓ, ਨਹੀਂ ਤਾਂ ਆਪਣੇ ਹਥਿਆਰ ਵੀ ਖੁਹਾ ਲਵੋਗੇ। ਗੁਰੂ ਜੀ ਦਾ ਗੁੱਸਾ ਵੇਖ ਕੇ ਸਿੱਖ ਸਾਵਧਾਨ ਹੋ ਗਏ। ਬਾਬਾ ਬਿਧੀ ਚੰਦ ਆਦਿ ਜੋ ਬਹਾਦਰ ਸੂਰਮੇ ਸਨ, ਉਹਨਾਂ ਨੇ ਜ਼ੋਰ ਭਰੇ ਬਚਨ ਬੜੇ ਗੁੱਸੇ ਨਾਲ ਕਹੇ, ਕਿਉਂ ਮੂਰਖ ਬੋਲੀ ਜਾਂਦਾ ਹੈ, ਤੈਨੂੰ ਕਿਸੇ ਦਾ ਡਰ ਨਹੀਂ? ਐਸਾ ਨਾ ਹੋਵੇ ਕਿ ਬਾਦਸ਼ਾਹ ਕਿਤੇ ਬੈਠਾ ਰਹੇ ਅਤੇ ਆਪਣੇ ਪ੍ਰਾਣ ਗਵਾ ਲਵੋ। ਕਈ ਸਿੱਖਾਂ ਨੇ ਢਾਲਾਂ ਤਲਵਾਰਾਂ ਫੜ ਲਈਆਂ ਅਤੇ ਗੁੱਸੇ ਵਿੱਚ ਆ ਕੇ ਤੁਰਕਾਂ ਵੱਲ ਚੱਲ ਪਏ।
ਕਹਿਣ ਲੱਗੇ, ਬਾਜ਼ ਦੇ ਨਾਲ ਇਹਨਾਂ ਦੇ ਹਥਿਆਰ ਵੀ ਲਵੋ, ਮੂਰਖ ਭੱਜ ਕੇ ਪੁਕਾਰ ਕਰਨ। ਜਦ ਸੂਰਮਿਆਂ ਨੇ ਦਾਬੇ ਦੇ ਲਫ਼ਜ਼ ਕਹੇ ਤਾਂ ਤੁਰਕ ਸਾਰੇ ਪਾਸੇ ਵੇਖ ਕੇ ਮਨ ਵਿੱਚ ਡਰ ਗਏ, ਇਹ ਸਮਝ ਕੇ ਕਿ ਕਿਤੇ ਫੜ ਹੀ ਨਾ ਲੈਣ। ਸਾਰੇ ਵਾਪਸ ਮੁੜ ਗਏ ਅਤੇ ਨਿਰਾਸ਼ ਹੋ ਕੇ ਲਾਹੌਰ ਨੂੰ ਚਲੇ ਗਏ। ਬੜੇ ਹੈਰਾਨ ਹੋ ਕੇ ਝੂਰਦਿਆਂ ਹੋਇਆਂ ਮੂਰਖਾਂ ਨੇ ਗੱਲ ਮੰਨ ਲਈ ਅਤੇ ਸੋਚ ਰਹੇ ਸਨ, ਇਹ ਕੀ ਹੋ ਗਿਆ ਹੈ, ਕੋਈ ਜਾਣਿਆ ਨਹੀਂ ਜਾਂਦਾ, ਬਾਦਸ਼ਾਹ ਦੇ ਨੇੜੇ ਰਹਿੰਦਿਆਂ ਹੀ ਲੁੱਟ ਮਚਾਈ ਹੈ, ਥੋੜ੍ਹਾ ਜਿਹਾ ਵੀ ਡਰ ਨਹੀਂ ਮੰਨਦੇ ਹਨ। ਬਾਦਸ਼ਾਹ ਦਾ ਆਪਣਾ ਵਧੀਆ ਬਾਜ਼ ਹੈ ਜਿਸ ਨੂੰ ਵੇਖ ਕੇ ਉਹ ਬਹੁਤ ਖੁਸ਼ ਹੋ ਰਹੇ ਹਨ। ਜੇ ਕੋਈ ਹੋਰ ਮਨ ਭਾਉਂਦੀ ਚੀਜ਼ ਵੇਖਣਗੇ ਇਹ ਬਹੁਤ ਦਬਾਅ ਵਿਖਾ ਕੇ ਖੋ ਲੈਣਗੇ। ਜੇ ਅਸੀਂ ਇਸ ਬਾਜ਼ ਸਹਿਤ ਫੜਵਾ ਦਈਏ ਤਾਂ ਹੀ ਅਸੀਂ ਆਪਣਾ ਬਦਲਾ ਲੈ ਸਕਦੇ ਹਾਂ। ਬੜੇ ਉਤਾਵਲੇ ਹੋ ਕੇ ਉਹਨਾਂ ਨੇ ਘੋੜਿਆਂ ਨੂੰ ਭਜਾਇਆ। ਉਹ ਰਾਹ ਵਿੱਚ ਕਿਤੇ ਵੀ ਨਾ ਖਲੋਤੇ ਲਾਹੌਰ ਸ਼ਹਿਰ ਵਿੱਚ ਦਾਖਲ ਹੋ ਗਏ। ਪੁਕਾਰ ਕਰਨੀ ਚਾਹੁੰਦੇ ਸਨ, ਇਸ ਲਈ ਪੁਕਾਰ ਕਰਨ ਚਲੇ ਗਏ। ਇੱਧਰ ਸਤਿਗੁਰ ਜੀ ਵੀ ਘੋੜਿਆਂ 'ਤੇ ਚੜ੍ਹ ਗਏ। ਸੁੰਦਰ ਬਾਜ਼ ਨੂੰ ਉਹਨਾਂ ਨੇ ਆਪਣੇ ਹੱਥ 'ਤੇ ਬਿਠਾ ਲਿਆ। ਚੱਲਦੇ ਚੱਲਦੇ ਉਸ ਨੂੰ ਵੇਖਦੇ ਸਨ ਅਤੇ ਉਸਦੇ ਗੁਣਾਂ ਦੀ ਪਰਖ ਕਰਦੇ ਸਨ। ਦੁਰਲੱਭ ਅਤੇ ਬੜਾ ਕੀਮਤੀ ਵੇਖ ਕੇ ਪ੍ਰਸੰਨ ਹੋ ਰਹੇ ਸਨ। ਗੁਰੂ ਜੀ ਆਪਣੇ ਸ਼ਾਹੀ ਸ਼ਿਕਾਰੀਆਂ ਨੂੰ ਪੁੱਛਣ ਲੱਗੇ, ਅਜਿਹਾ ਬਾਜ਼ ਤੁਸੀਂ ਪਹਿਲਾਂ ਕਿਤੇ ਵੇਖਿਆ ਹੈ? ਉਹ ਹੱਥ ਜੋੜ ਕੇ ਕਹਿਣ ਲੱਗੇ, ਇਹਨਾਂ ਬਾਜ਼ਾਂ ਦੇ ਵਿੱਚ ਹੀ ਅਸੀਂ ਸਾਰੀ ਉਮਰ ਲੰਘਾਈ ਹੈ। ਬਹੁਤ ਬਾਜ਼ ਵੇਖੇ ਹਨ ਪਰ ਇਸ ਦੇ ਬਰਾਬਰ ਦਾ ਅੱਜ ਤੱਕ ਕੋਈ ਬਾਜ਼ ਨਹੀਂ ਵੇਖਿਆ ਹੈ। ਪਹਿਲਾਂ ਵੀ ਕਿਸੇ ਪਾਸੋਂ ਅਸੀਂ ਅਜਿਹੀ ਨਸਲ ਦੇ ਬਾਜ਼ ਬਾਰੇ ਨਹੀਂ ਸੁਣਿਆ ਹੈ। ਕਿਸੇ ਦੂਸਰੇ ਮੁਲਕ ਦੇ ਬਾਦਸ਼ਾਹ ਨੇ ਇਹ ਦੁਰਲੱਭ ਬਾਜ਼ ਸ਼ਾਹਜਹਾਂ ਨੂੰ ਸੌਗਾਤ ਦੇ ਰੂਪ ਵਿੱਚ ਭੇਜਿਆ ਹੈ। ਇਹ ਬਾਜ਼ ਬਹੁਤ ਸੁੰਦਰ ਬਾਜ਼ੀਆਂ ਪਾਉਂਦਾ ਹੈ। ਅਰਬੀ ਵਿੱਚ ਬਾਜ਼ੀ ਸ਼ਬਦ ਦਾ ਅਰਥ ਹੀ ਬਾਜ਼ ਹੈ। ਇਸ ਦੇਸ਼ ਵਿੱਚ ਇਹ ਕਿਤੇ ਮਿਲਦਾ ਨਹੀਂ ਹੈ। ਬਹੁਤ ਧਨ ਖਰਚਣ ਨਾਲ ਵੀ ਇਹ ਪ੍ਰਾਪਤ ਨਹੀਂ ਹੁੰਦਾ ਹੈ। ਇਸ ਲਈ ਇਹ ਬਾਜ਼ ਆਪ ਦੇ ਲਾਇਕ ਹੈ। ਇਹ ਤੁਹਾਨੂੰ ਸਹਿ ਸੁਭਾਅ ਪ੍ਰਾਪਤ ਹੋਇਆ ਹੈ। ਇਹ ਬਾਜ਼ ਸੋਚਦਾ ਹੈ ਕਿ ਮੈਨੂੰ ਆਪਣਾ ਬਣਾਉਣ ਦਾ ਤੁਹਾਡਾ ਵਿਚਾਰ ਬੜਾ ਸ਼ੁਭ ਹੈ। ਮੈਨੂੰ ਕਰਤਾਰ ਨੇ ਬੜਾ ਅਦਭੁਤ ਬਣਾਇਆ ਹੈ। ਜਦ ਮੈਂ ਗੁਰੂ ਜੀ ਦੇ ਕੰਮ ਆਵਾਂਗਾ ਤਾਂ ਮੈਂ ਆਪਣਾ ਜਨਮ ਸਫਲ ਹੋਇਆ ਪਾਵਾਂਗਾ। ਇਹ ਵਿਚਾਰ ਕੇ ਤੁਹਾਡੇ ਪਾਸ ਆਇਆ ਹਾਂ। ਹੇ ਗਰੀਬ ਨਿਵਾਜ ਗੁਰੂ ਜੀ, ਤੁਸੀਂ ਮੇਰਾ ਤਮਾਸ਼ਾ ਵੇਖੋ। ਕਹਿੰਦੇ ਸੁਣਦੇ ਗੁਰੂ ਜੀ ਆਪਣੇ ਨਿੱਜੀ ਘਰ ਆ ਗਏ। ਘੋੜੇ ਤੋਂ ਉਤਰ ਕੇ ਆਪਣੇ ਮਹਿਲਾਂ ਵਿੱਚ ਚਲੇ ਗਏ। ਯੋਧਿਆਂ ਵਿੱਚ ਬਾਜ਼ ਨੂੰ ਰਖਾਇਆ ਅਤੇ ਫੁਰਮਾਇਆ, ਇਸ ਦੀ ਚੰਗੀ ਤਰ੍ਹਾਂ ਸੇਵਾ ਕਰੋ। ਸੋ ਸਾਧ ਸੰਗਤ ਜੀ, ਇੱਥੇ 6ਵੀਂ ਰਾਸ ਦਾ 4ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।